ਬਠਿੰਡਾ ਜ਼ਿਲ੍ਹਾ ਪੰਜਾਬ ਰਾਜ ਦੇ ਦੱਖਣੀ ਪੱਛਮੀ ਹਿੱਸੇ ਵਿੱਚ ਅਤੇ ਮਾਲਵਾ ਖੇਤਰ ਦੇ ਮੱਧ ਵਿੱਚ ਸਥਿਤ ਹੈ। ਨਾਇਕਰਾ ਪ੍ਰੋਜੈਕਟ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦਾ ਇੱਕ ਨੈੱਟਵਰਕ ਪ੍ਰੋਜੈਕਟ ਹੈ। ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਨੇ ਨਾਇਕਰਾ ਪ੍ਰੋਜੈਕਟ ਅਧੀਨ ਪਿੰਡ ਕਿਲੀ ਨਿਹਾਲ ਸਿੰਘ ਵਾਲਾ ਨੂੰ ਚੁਣਿਆ। 4000 ਦੀ ਆਬਾਦੀ ਅਤੇ 810 ਹੈਕਟੇਅਰ ਰਕਬੇ ਵਾਲਾ ਇਹ ਪਿੰਡ ਕੇਵੀਕੇ ਤੋਂ 23 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਸਾਲ 2017 ਵਿੱਚ ਕੇਵੀਕੇ ਬਠਿੰਡਾ ਨੇ ਇਸ ਪ੍ਰੋਜੈਕਟ ਦੀਆਂ ਗਤੀਵਿਧੀਆਂ ਨੂੰ ਵਧਾਉਣ ਲਈ ਨਾਲ ਲੱਗਦੇ ਪਿੰਡ ਮਹਿਮਾ ਸਰਜਾ, ਬੁਰਜ ਮਹਿਮਾ ਅਤੇ ਦਿਓਨ ਨੂੰ ਸ਼ਾਮਿਲ ਕੀਤਾ। ਇਹਨਾਂ ਪਿੰਡਾਂ ਦੇ ਕਿਸਾਨਾਂ ਨੇ ਵੀ ਨਾਇਕਰਾ ਪਿੰਡਾਂ ਵਿੱਚ ਚੱਲ ਰਹੀਆਂ ਪ੍ਰਦਰਸ਼ਨੀਆਂ ਅਤੇ ਗਤੀਵਿਧੀਆਂ ਨੂੰ ਅਪਣਾਉਣਾ ਸ਼ੁਰੂ ਕੀਤਾ। ਇਸ ਪ੍ਰੋਜੈਕਟ ਅਧੀਨ ਕੇਵੀਕੇ ਦੇ ਸਾਇੰਸਦਾਨਾਂ ਨੇ 4 ਵਿਸ਼ਿਆਂ ਜਿਵੇਂ ਕਿ ਕੁਦਰਤੀ ਸਰੋਤ ਪ੍ਰਬੰਧਨ, ਫਸਲੀ ਉਤਪਾਦਨ, ਪਸ਼ੂ ਧਨ ਅਤੇ ਮੱਛੀ ਪਾਲਣ ਅਤੇ ਸੰਸਥਾਗਤ ਗਤੀਵਿਧੀਆਂ ਦੇ ਤਹਿਤ ਕੰਮ ਕਰਨਾ ਸ਼ੁਰੂ ਕੀਤਾ। ਨਾਇਕਰਾ ਪ੍ਰੋਜੈਕਟ ਤੋਂ ਪਹਿਲਾਂ ਪਿੰਡ ਵਿੱਚ ਕਿਸਾਨ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਦਿੰਦੇ ਸਨ। ਨਾਇਕਰਾ ਪ੍ਰੋਜੈਕਟ ਅਧੀਨ ਕੇਵੀਕੇ ਦੇ ਸਾਇੰਸਦਾਨਾਂ ਨੇ ਫਸਲੀ ਰਹਿੰਦ ਖੂੰਹਦ ਪ੍ਰਬੰਧਨ ਲਈ ਪ੍ਰਦਰਸ਼ਨੀਆਂ ਲਗਾਈਆਂ। ਇਹਨਾਂ ਪ੍ਰਦਰਸ਼ਨੀਆਂ ਦੀ ਸਫਲਤਾ ਦੇ ਪ੍ਰਭਾਵ ਨੂੰ ਦੇਖਦੇ ਨਾਇਕਰਾ ਪਿੰਡ ਅਤੇ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਨੇ ਵੀ ਇਹਨਾਂ ਤਕਨੀਕਾਂ ਨੂੰ ਅਪਣਾਉਣਾ ਸ਼ੁਰੂ ਕੀਤਾ ਅਤੇ ਨਤੀਜੇ ਵਜੋਂ 2016 ਵਿੱਚ ਪਿੰਡ ਕਿਲੀ ਨਿਹਾਲ ਸਿੰਘ ਵਾਲਾ ਨੂੰ 0 ਬਰਨਿੰਗ ਪਿੰਡ ਦਾ ਦਰਜਾ ਪ੍ਰਾਪਤ ਹੋਇਆ। ਆਹ ਸਿੱਧੀ ਬਿਜਾਈ ਕੇਵੀਕੇ ਨੇ ਕਰਾਈ ਹੈ, ਇਹ ਬਹੁਤ ਵਧੀਆ। ਅਸੀਂ 2-3 ਸਾਲਾਂ ਤੋਂ ਕਰ ਰਹੇ ਹਾਂ, ਇਹਦਾ ਜੇ ਅਸੀਂ ਤਾਂ ਅੱਗ ਵੀ ਨਹੀਂ ਐਤਕੀ ਜਮ੍ਹਾਂ ਵੀ ਲਾਈ। ਇਹਦਾ ਬੇਨਤੀ ਸਾਰਿਆਂ ਨੂੰ ਕਰਦੇ ਹਾਂ, ਬਹੁਤ ਵਧੀਆ ਝਾੜ ਹੈ, 20 ਤੋਂ 22 ਕੁਇੰਟਲ ਤੱਕ ਝਾੜ ਨਿਕਲਦਾ, ਬਹੁਤ ਵਧੀਆ, ਕੋਈ ਫਰਕ ਨਹੀਂ ਪੈਂਦਾ। ਅਤੇ ਅਸੀਂ ਐਤਕੀ ਵੀ ਕਰੀ ਹੈ, ਅੱਗੇ ਵੀ ਐਤਕੀ ਅੱਗ ਵੀ ਨਹੀਂ ਲਾਈ ਕਿਸੇ ਨੇ ਵੀ, ਬਹੁਤ ਜ਼ਿਆਦਾ ਚੱਲ ਰਿਹਾ। ਆਹ ਹੁਣ ਵੀ ਖੇਤ ਦੇ ਵਿੱਚ ਖੜ੍ਹੇ ਹਾਂ, ਬੀਜੀ ਜਾਂਦੇ ਹਾਂ। ਅਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਵੀ ਇਹ ਜਿਹੜਾ ਉੱਦਮ ਕਰਿਆ ਸਰਕਾਰ ਨੇ, ਕੇਵੀਕੇ ਨੇ, ਉਹਨਾਂ ਦੇ ਨਾਲ ਚੱਲੋ, ਨਹੀਂ ਤਾਂ ਪ੍ਰਦੂਸ਼ਣ ਤੋਂ ਬਚਾਂਗੇ, ਨਾ ਆਪਦਾ ਲਾਭ ਖਾਓ, ਤੇਲ ਬਚਦਾ, ਸਾਰਾ ਸਿੱਧੀ ਬਿਜਾਈ ਹੈ, ਬਹੁਤ ਵਧੀਆ। ਹੁਣ ਕਿਸਾਨ ਸੁਪਰ SMS ਵਾਲੀ ਕੰਬਾਈਨ ਨਾਲ ਝੋਨਾ ਵੱਢਣ ਤੋਂ ਬਾਅਦ ਹੈਪੀ ਸੀਡਰ, ਸੁਪਰ ਸੀਡਰ, 0 ਟਿਲ ਡਰਿੱਲ, ਚੌਪਰ, ਮਲਚਰ, ਉਲਟਾਵੇਂ ਹਲ, ਰੋਟੋ ਸੀਡਰ ਅਤੇ ਬੇਲਰ ਚਲਾ ਕੇ ਪਰਾਲੀ ਦਾ ਪ੍ਰਬੰਧ ਕਰਦੇ ਹਨ। ਅਸੀਂ ਮੈਂ ਸਾਡਾ ਪਿੰਡ ਨੇਕਰਾ ਪ੍ਰੋਜੈਕਟ ਦੇ ਅਧੀਨ ਚੁਣਿਆ ਹੋਇਆ ਪਿੰਡ ਆ। ਅਸੀਂ ਪਿਛਲੇ ਸਾਲ ਵੀ ਮੈਂ ਹੈਪੀ ਸੀਡਰ ਨਾਲ 2 ਏਕੜ ਕਣਕ ਦੀ ਬਿਜਾਈ ਕੀਤੀ, ਜਿਹਦਾ ਮੈਨੂੰ ਚੰਗਾ ਬੈਨੀਫਿਟ ਮਿਲਿਆ। ਕੁਲਦੀ ਰਣਨ ਹੋਇਆ, ਘੱਟ ਪਾਣੀ ਲਾਉਣਾ ਪਿਆ, ਵਧੀਆ ਝਾੜ ਆਇਆ। ਅਤੇ ਇਸ ਸਾਲ ਮੈਂ 20 ਏਕੜ ਦੇ ਵਿੱਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਆ, ਅਤੇ ਜਿਹੜੀ ਕਿ ਬਹੁਤ ਵਧੀਆ ਖੜੀ ਆ ਅਤੇ ਕਾਫੀ ਹੱਦ ਤੱਕ ਪੂਰੀ ਵਧੀਆ। ਅਤੇ ਇਸ ਤੋਂ ਇਲਾਵਾ ਮੈਂ ਝੋਨੇ ਦੀ ਵੀ ਸਿੱਧੀ ਬਿਜਾਈ ਕਰਦਾ, ਪ੍ਰਦਰਸ਼ਨੀਆਂ ਲਾਈ ਦੀਆਂ ਗਈਆਂ। ਪਰ ਮੇਨ ਸਮੱਸਿਆ ਜਿਹੜੀ ਮੇਨ ਗੱਲ ਇਹੀ ਆ ਬਸ ਵੀ ਝੋਨੇ ਦੀ ਪਰਾਲੀ ਦੇ ਵਿੱਚ ਰੀਪਰ ਮਾਰ ਕੇ ਕਣਕ ਦੀ ਸਿੱਧੀ ਬਿਜਾਈ ਹੈਪੀ ਸੀਡਰ ਨਾਲ ਬਹੁਤ ਵਧੀਆ ਹੋ ਜਾਂਦੀ ਹੈ ਵੀਰੇ। ਅਤੇ ਇਹਦੇ ਵਿੱਚ ਵੀ ਕੋਈ ਪਰੇਸ਼ਾਨੀ ਨਹੀਂ ਆਉਂਦੀ, ਅਤੇ ਨਦੀਨ ਨਹੀਂ ਹੁੰਦੇ, ਪਾਣੀ ਦੀ ਬੱਚਤ ਹੋ ਜਾਂਦੀ ਹੈਗੀ, ਟਾਈਮ ਦੀ ਬੱਚਤ ਹੋ ਜਾਂਦੀ ਆ। ਸਭ ਤੋਂ ਵੱਡੀ ਸਮੱਸਿਆ ਜਿਹੜੀ ਆਪਣੀ ਪਰਾਲੀ ਦੀ ਸਾਂਭ ਸੰਭਾਲ ਆਪਣੀ ਜ਼ਮੀਨ ਦੇ ਵਿੱਚ ਹੀ ਖਾ ਜਾਂਦੀ ਹੈ ਪਰਾਲੀ, ਵਾਹਣ ਦੀ ਉਪਜਾਊ ਸ਼ਕਤੀ ਵੱਧ ਜਾਂਦੀ ਆ, ਆਉਣ ਵਾਲੀ ਫਸਲ ਵਧੀਆ ਹੁੰਦੀ ਆ, ਅਤੇ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਂਦੀ, ਕੋਈ ਚੂਹਾ ਨਹੀਂ ਆਉਂਦਾ। ਇਸ ਤੋਂ ਇਲਾਵਾ ਵੀ ਕਣਕ ਪ੍ਰੋਪਰ ਝਾੜ ਦਿੰਦੀ ਆ, ਵੇਖਣ ਨੂੰ ਬੇਸ਼ੱਕ ਦੀ ਆਪਾਂ ਨੂੰ ਇਹ ਲੱਗ ਰਿਹਾ ਹੁੰਦਾ ਗਾ ਜ਼ਿਮੀਂਦਾਰ ਨੂੰ ਵੀ ਇਹਦਾ ਪਾੜਾ 9 ਇੰਚ ਆ ਗਾ ਵੱਧ ਚੌੜਾ, ਪਰ ਉਨੀ ਦਾਣੇ ਮੋਟੇ ਬਣ ਜਾਂਦੇ ਆ। ਨਾਇਕਰਾ ਪ੍ਰੋਜੈਕਟ ਤੋਂ ਪਹਿਲਾਂ ਪਿੰਡ ਵਿੱਚ ਸਾਰੇ ਕਿਸਾਨ ਝੋਨੇ ਦੀ ਲਵਾਈ ਲੇਬਰ ਤੋਂ ਕਰਵਾਉਂਦੇ ਸਨ। ਕੇਵੀਕੇ ਬਠਿੰਡਾ ਵੱਲੋਂ ਲਾਈਆਂ ਪ੍ਰਦਰਸ਼ਨੀਆਂ ਦੇ ਪ੍ਰਭਾਵ ਕਾਰਨ ਇਸ ਸਾਲ 70% ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ। ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੇ ਬਹੁਤ ਵਧੀਆ ਨਤੀਜੇ ਮਿਲੇ, ਜਿਵੇਂ ਕਿ ਚੰਗਾ ਝਾੜ, ਖੇਤ ਦੀ ਤਿਆਰੀ ਦੇ ਖਰਚ ਦੀ ਬੱਚਤ, ਪਾਣੀ ਦੀ ਬੱਚਤ ਆਦਿ। ਕੁਝ ਕਿਸਾਨ ਹਰੀ ਖਾਦ ਨੂੰ ਜ਼ਮੀਨ ਵਿੱਚ ਦਬਾ ਕੇ ਮਸ਼ੀਨ ਨਾਲ ਵੀ ਝੋਨਾ ਲਾਉਂਦੇ ਹਨ। ਸਾਡੇ ਪਿੰਡ ਦੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਨਾਇਕਰਾ ਪ੍ਰੋਜੈਕਟ 2010 ਤੋਂ ਸ਼ੁਰੂ ਕੀਤਾ ਗਿਆ, ਜਿਹਦਾ ਸਾਡਾ ਪਿੰਡ ਨੂੰ ਬਹੁਤ ਜ਼ਿਆਦਾ ਫਾਇਦਾ। ਇਹ ਸਾਨੂੰ ਸਾਰੇ ਖੇਤੀਬਾੜੀ ਨਾਲ ਸੰਬੰਧਿਤ ਸੰਦ ਵੀ ਮੁਹੱਈਆ ਕਰਵਾਉਂਦੇ ਆ। ਕ੍ਰਿਸ਼ੀ ਵਿਗਿਆਨ ਕੇਂਦਰ ਦੀ ਡਾਕਟਰ ਸਾਹਿਬਾਨ ਦੀ ਪ੍ਰੇਰਨਾ ਦੇ ਸਦਕਾ ਅਸੀਂ ਐਤਕੀ 14 ਏਕੜ ਜ਼ਮੀਨ ਦੇ ਵਿੱਚ ਸਿੱਧੀ ਬਿਜਾਈ ਕੀਤੀ ਸੀ। DSR ਅਤੇ ਕਿਸਮ ਅਸੀਂ ਬੀਜੀ ਸੀ PR 122, ਯੂਨੀਵਰਸਿਟੀ PAU ਦੀ ਕਿਸਮ ਹੈ, 122 25-5 ਨੂੰ ਅਸੀਂ ਉਹਦੀ ਬਿਜਾਈ ਕੀਤੀ ਸੀ। ਤਾਂ ਜਦੋਂ ਅਸੀਂ ਉਹਦੀ ਕਟਾਈ ਕੀਤੀ, ਕਟਾਈ ਤੋਂ ਬਾਅਦ ਉਹਨੇ ਸਾਨੂੰ 70 ਮਣ ਦਾ ਤਕਰੀਬਨ ਝਾੜ ਦਿੱਤਾ ਹੈ ਜੀ ਕਿੱਲੇ ਦਾ। ਅਸੀਂ ਪਿਛਲੇ ਕਈ ਸਾਲਾਂ ਤੋਂ ਹੀ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਪ੍ਰੇਰਨਾ ਸਦਕਾ ਆਪਣੇ ਵਾਹਨ ਦੇ ਵਿੱਚ ਅਸੀਂ ਕਦੇ ਵੀ ਅੱਗ ਨਹੀਂ ਲਗਾਈ। ਇਸ ਸਾਲ ਅਸੀਂ ਬਾਸਪਤੀ ਵੀ DSR ਕੀਤੀ ਸੀ। ਇਸ ਥਾਂ ਦੇ ਉੱਪਰ ਅਸੀਂ ਮਲਚਿੰਗ ਕੀਤਾ, 2.5 ਕਿੱਲੇ ਜਗ੍ਹਾ ਹੈ ਜਿਹਦੇ ਵਿੱਚ ਅਸੀਂ ਛਿੱਟਾ ਦੇ ਕੇ ਕਣਕ ਦਾ ਨਾਲ ਹੀ DAP ਦਾ ਛਿੱਟਾ ਦੇ ਕੇ ਉੱਤੇ ਹੌਲੀ ਹੌਲੀ ਰੀਪਰ ਮਾਰ ਕੇ ਉਸਨੂੰ ਮੁੜ ਕੇ ਜਿੱਥੇ ਕਿਤੇ ਵੱਡੀਆਂ ਢੇਰੀਆਂ ਸੀ ਉਹਨੂੰ ਮਿਕਸ ਕਰ ਦਿੱਤਾ।
ਤੇ ਹੁਣ ਇਸ ਨੂੰ ਪਾਣੀ ਲਾਇਆ ਜਾਊਗਾ ਉੱਤੋਂ ਤੇ ਅਸੀਂ ਅੱਗ ਨਹੀਂ ਲਾਈ ਨਾੜ ਨੂੰ ਕਿਤੇ ਵੀ। ਨਾਇਕਰਾ ਪ੍ਰੋਜੈਕਟ ਅਧੀਨ ਸਾਲ 2015 ਵਿੱਚ 3 ਗੋਬਰ ਗੈਸ ਪਲਾਂਟ ਲਗਾਏ ਗਏ, ਜਿਸ ਨੂੰ ਦੇਖਦੇ ਹੋਏ ਹੋਰ ਕਿਸਾਨਾਂ ਨੇ ਵੀ ਆਪਣੇ ਪੱਧਰ ਤੇ ਗੋਬਰ ਗੈਸ ਪਲਾਂਟ ਲਾਉਣੇ ਸ਼ੁਰੂ ਕੀਤੇ। ਹੁਣ ਇਸ ਪਿੰਡ ਵਿੱਚ ਲਗਭਗ 50 ਗੋਬਰ ਗੈਸ ਪਲਾਂਟ ਲੱਗੇ ਹੋਏ ਹਨ। ਮੈਨੂੰ ਅੱਜ ਤੋਂ 6-7 ਸਾਲ ਪਹਿਲਾਂ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਾਲਿਆਂ ਨੇ ਨਿਕਰਾ ਪ੍ਰੋਜੈਕਟ ਦੇ ਥਰੂ ਗੋਬਰ ਗੈਸ ਪਲਾਂਟ ਲਵਾਇਆ ਸੀ, ਜੋ ਕਿ ਮੈਨੂੰ ਬਹੁਤ ਵਧੀਆ ਲੱਗਿਆ। ਇਹ ਅੱਜ ਇੰਨਾ ਵਧੀਆ ਕਿ ਮੈਨੂੰ ਜਦੋਂ ਦਾ ਲੱਗਿਆ ਉਦੋਂ ਦੀ ਮੈਂ ਕੋਈ ਇਹ ਗੈਸ ਸਿਲੰਡਰ ਭਰਾ ਕੇ ਨਹੀਂ ਦੇਖਿਆ। ਸਾਰਾ ਕੰਮ ਘਰ ਦਾ, ਰੋਟੀਆਂ ਟੁੱਕ ਵੀ ਸਾਡੇ ਘਰ ਦੇ ਇਸੇ 'ਤੇ ਬਣਾਉਂਦੇ ਨੇ, ਬਾਕੀ ਪਾਣੀ ਵਗੈਰਾ, ਦੁੱਧ ਵਗੈਰਾ ਸਭ ਕੁਛ ਇਸੇ 'ਤੇ ਗਰਮ ਕਰਦੇ। ਬਹੁਤ ਵਧੀਆ ਹੈ ਇਹਦੇ 'ਤੇ ਕਾਫੀ ਵਧੀਆ ਸਹੂਲਤ ਨੇ, ਅਤੇ ਬਾਕੀ ਜੋ ਵੀ ਇਹਦੀ ਸੈੱਲ ਖੁਰਾਕ ਨਿਕਲਦੀ ਹੈ ਖਾਦ ਬਾਹਰ, ਉਹ ਅਸੀਂ ਆਪਣੀ ਖੇਤ ਵਿੱਚ ਪਾ ਲੈਂਦੇ ਹਾਂ। ਇਹਦਾ ਬਹੁਤ ਜ਼ਿਆਦਾ ਫਾਇਦਾ ਹੈ, ਇਹ ਕ੍ਰਿਸ਼ੀ ਵਿਗਿਆਨ ਕੇਂਦਰ ਵਾਲਿਆਂ ਨੇ ਲਵਾਇਆ ਸੀ, ਬਹੁਤ ਮੈਨੂੰ ਫਾਇਦਾ, ਔਰ ਬਾਕੀ ਮੇਰੇ ਪਿੰਡ ਵਿੱਚ ਇਹਨੂੰ ਦੇਖ ਕੇ ਕਈ ਹੋਰ ਵੀ ਬਹੁਤ ਜ਼ਿਆਦਾ ਲੱਗੇ ਆ। ਕੇਵੀਕੇ ਬਠਿੰਡਾ ਵੱਲੋਂ ਸਾਲ 2013 ਤੋਂ ਨਰਮਾ ਕਪਾਹ ਦੀ ਫਸਲ 'ਤੇ ਪੋਟਾਸ਼ੀਅਮ ਨਾਈਟ੍ਰੇਟ ਦੀ ਸਪਰੇਅ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾ ਰਹੀਆਂ ਹਨ, ਜਿਸ ਨਾਲ ਇਹ ਦੇਖਣ ਵਿੱਚ ਆਇਆ ਹੈ ਕਿ ਪ੍ਰਦਰਸ਼ਨੀ ਵਾਲੇ ਖੇਤਾਂ ਵਿੱਚ ਨਰਮੇ ਕਪਾਹ ਦੀ ਫਸਲ ਦਾ ਝੜਨਾ ਬਹੁਤ ਘੱਟ ਪਾਇਆ ਗਿਆ। ਮੈਂ 2016 ਤੋਂ ਪਹਿਲਾਂ ਔਰ ਕੰਮ ਕਰਦਾ ਸੀ, ਹੁਣ ਮੈਂ ਖੇਤੀ ਕਰ ਰਿਹਾ, ਖੇਤੀ ਵੀ ਨਰਮੇ ਦੀ ਕਰ ਰਿਹਾ ਬਹੁਤ ਵਧੀਆ ਢੰਗ ਨਾਲ। ਔਰ ਮੰਨ ਕੇ ਚਲੋ ਵੀ ਮੈਂ ਅਲੱਗ ਅਲੱਗ, ਮਤਲਬ 15 ਮਈ ਤੋਂ ਪਹਿਲਾਂ ਨਰਮੇ ਦੀ ਬਿਜਾਈ ਕਰਕੇ ਔਰ ਉਦੋਂ ਬਹੁਤ ਵਧੀਆ ਝਾੜ ਕੱਢ ਰਿਹਾ। ਔਰ 13045 ਜੋ ਵੀ ਮਹਿਕਮੇ ਵਾਲੇ ਕੇਵੀਕੇ ਵਾਲੇ ਮੈਨੂੰ ਰਿਕਮੈਂਡੇਸ਼ਨ ਕਰਕੇ ਜਾਂਦੇ, ਮੈਂ ਉਹ ਰਿਕਮੈਂਡੇਸ਼ਨ ਕਰ ਰਿਹਾ। ਔਰ ਬਹੁਤ ਵਧੀਆ ਰਿਹਾ, ਤੁਸੀਂ ਨਰਮਾ ਦੇਖ ਸਕਦੇ, ਮੇਰਾ ਇੱਦੂ ਪਹਿਲਾਂ 35-36 ਮਨ ਦੀ ਐਵਰੇਜ ਮੰਨ ਲਓ ਪਾ ਚੁੱਕਿਆ, ਅਜੇ ਵੀ 2-4 ਮਨ ਉੱਪਰ। ਜੈਵਿਕ ਸਬਜ਼ੀਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕੇਵੀਕੇ ਨੇ ਸਾਲ 2012 ਵਿੱਚ ਪੌਸ਼ਟਿਕ ਘਰੇਲੂ ਬਗੀਚੀਆਂ ਦੀਆਂ ਪ੍ਰਦਰਸ਼ਨੀਆਂ ਸ਼ੁਰੂ ਕੀਤੀਆਂ ਅਤੇ ਪਿੰਡ ਦੇ ਹੋਰ ਕਿਸਾਨ ਵੀ ਇਸ ਨੂੰ ਅਪਣਾਉਣ ਲੱਗੇ। ਇਸ ਪ੍ਰੋਜੈਕਟ ਤਹਿਤ ਕੇਵੀਕੇ ਨੇ 25 ਫਲ ਪੌਸ਼ਟਿਕ ਬਗੀਚੀਆਂ ਵੀ ਲਗਾਈਆਂ। ਅਸੀਂ ਮਤਲਬ ਆਪਦੀ ਸਬਜ਼ੀ ਲਗਾਉਂਦੇ ਹਾਂ ਅਤੇ ਮਤਲਬ ਕਿ ਕੇਵੀਕੇ ਨਾਲ ਜੁੜੇ ਹੋਏ ਹਾਂ ਅਤੇ ਮਤਲਬ ਚੰਗੀ ਮਤਲਬ ਸਾਨੂੰ ਦੇਖ ਰੇਖ ਕਰਾਉਂਦੇ ਹਾਂ ਅਤੇ ਚੰਗੇ ਫਲਦਾਰ ਬੂਟੇ ਲਾਏ ਵੀ ਹੈ, ਚੰਗੀ ਸਬਜ਼ੀ ਲਾਈ ਵੀ ਹੈ ਅਤੇ ਆਪਦੀ ਸਬਜ਼ੀ ਮਤਲਬ ਪੈਦਾ ਕਰਕੇ ਦੇਖਾਉਂਦੇ ਹਾਂ ਬਿਨਾਂ ਦੇ ਸਪਰੇ। ਅਸੀਂ ਇਹ ਘਰੇਲੂ ਬਗੀਚੀ ਲਾਉਂਦੇ ਯਾਰ, ਹਰੇਕ ਕਿਸਮ ਦੀ ਸਬਜ਼ੀ ਹੁੰਦੀ ਹੈ ਜੀ, ਦੇਸੀ ਰੇਹ ਦਾ ਹੀ ਅਸੀਂ ਵਰਤੋਂ ਕਰਦੇ ਹਾਂ, ਕੋਈ ਉਹ ਦੂਜੀ ਰੇਹ ਦੀ ਨਾ ਸਪਰੇਅ ਦੀ ਵਰਤੋਂ ਨਹੀਂ ਕਰਦੇ। ਖਾਣ ਵਾਸਤੇ ਵੀ ਬਹੁਤ ਵਧੀਆ ਰਹਿੰਦੇ, ਸਿਹਤ ਵੀ ਠੀਕ ਰਹਿੰਦੀ ਹੈ ਜੀ ਅਤੇ ਪੈਸੇ ਦੀ ਬੜੀ ਬੱਚਤ ਹੁੰਦੀ ਹੈ ਜੀ। ਅਸੀਂ ਹੜੀ ਸਾਉਣੀ ਵਾਸਤੇ ਆਪਦੀ ਸਬਜ਼ੀ ਲਾਉਣ ਖਾਣ ਵਾਸਤੇ ਜੀ ਘਰੇਲੂ ਬਗੀਚੀ ਲਾਉਂਦੇ ਹਾਂ ਜੀ। ਇਹਦੇ ਵਿੱਚ ਅਸੀਂ ਜਿਵੇਂ ਆਪਦੀਆਂ ਸਬਜ਼ੀਆਂ, ਮੰਨ ਲਓ ਗੋਭੀ ਹੋ ਗਈ, ਗਾਜਰ ਹੋ ਗਈ, ਮੂਲੀ, ਆਪਦੀ ਖੇਤੀ ਤਿਆਰ ਕਰ ਲੈਂਦੇ ਹਾਂ ਅਤੇ ਅਸੀਂ ਮੁੱਲ ਲੈਣ ਸਾਨੂੰ ਜਾਣ ਦੀ ਲੋੜ ਨਹੀਂ, 2 ਕਨਾਲ ਥਾਂ ਸਾਡਾ ਲੱਗਿਆ ਹੋਇਆ ਅਤੇ ਉਹਦੇ 'ਚੋਂ ਜਿਹੜੀ ਸਬਜ਼ੀ ਵੱਧ ਜਾਂਦੀ ਅਸੀਂ ਆਂਢ ਗੁਆਂਢ ਵੀ ਵੰਡ ਦਿੰਦੇ ਹਾਂ ਅਤੇ ਸਾਨੂੰ ਅਸੀਂ ਬਿਨਾਂ ਰੇਹ ਸਪਰੇ ਤੋਂ ਰਹਿਤ ਸਬਜ਼ੀ ਲਾਉਂਦੇ ਹਾਂ ਜੀ, ਕੋਈ ਰੇਹ ਨਹੀਂ ਪਾਉਂਦੇ, ਕੋਈ ਸਪਰੇਅ ਨਹੀਂ ਕਰਦੇ। ਨਾਇਕਰਾ ਪ੍ਰੋਜੈਕਟ ਦੇ ਆਉਣ ਤੋਂ ਪਹਿਲਾਂ ਇਸ ਪਿੰਡ ਦਾ ਇੱਕ ਵੀ ਕਿਸਾਨ ਆਲੂ ਦੀ ਫਸਲ ਦੀ ਖੇਤੀ ਨਹੀਂ ਕਰਦਾ ਸੀ। ਗਰਮ ਰੁੱਤ ਦੀ ਮੂੰਗੀ ਦੀ ਫਸਲ ਆਲੂ ਕਣਕ ਦੀ ਫਸਲ ਚੱਕਰ ਲਈ ਸਭ ਤੋਂ ਵਧੀਆ ਫਿੱਟ ਬੈਠਦੀ ਹੈ। ਕੇਵੀਕੇ ਬਠਿੰਡਾ ਨੇ ਸਾਲ 2012 ਵਿੱਚ ਆਲੂ ਅਤੇ ਗਰਮ ਰੁੱਤ ਦੀ ਮੂੰਗੀ ਦੀਆਂ ਪ੍ਰਦਰਸ਼ਨੀਆਂ ਨੂੰ ਲਗਾਉਣਾ ਸ਼ੁਰੂ ਕੀਤਾ। ਹੁਣ ਇਸ ਨਾਇਕਰਾ ਪਿੰਡ ਵਿੱਚ 15 ਕਿਸਾਨ ਆਲੂ ਦੀ ਫਸਲ ਦੀ ਬਿਜਾਈ ਕਰਦੇ ਹਨ ਅਤੇ ਇਸ ਸਾਲ ਲਗਭਗ 20 ਹੈਕਟੇਅਰ ਰਕਬੇ ਵਿੱਚ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਕੀਤੀ ਗਈ। ਹਮਾਰੇ ਗਾਓ ਮੇ ਲਗਭਗ ਸਭ ਲੋਕੋ ਨੇ ਪ੍ਰਣਾਲੀ ਕੋ ਇਨਕਾਰਪੋਰੇਟ ਕੀ ਹੈ, ਤੋ ਪਹਿਲੇ ਹਮਨੇ ਬਲਚਰ ਚਲਾਇਆ, ਉਸਕੇ ਬਾਅਦ ਰਿਵਰਸੇਬਲ ਪਲੋ ਚਲਾਏ, ਤੋ ਔਰ ਉਸਕੇ ਬਾਅਦ ਰੋਟਾਵੇਟਰ ਚਲਾਇਆ, ਤੋ ਉਸਕੇ ਬਾਅਦ ਹਮਨੇ ਜਹਾਂ ਆਲੂ ਬਿਜਾਈ ਕਰਨੀ ਥੀ, ਤੋ ਰੋਟਾਵੇਟਰ ਕੇ ਬਾਅਦ ਹਮਨੇ ਖਾਦ ਵਗੈਰਾ ਬੇਸਣ ਡੋਲ ਜੋ ਦੇਤੇ ਹੈ ਦੇਕਰ, ਤੋ ਉਸਕੇ ਆਲੂ ਕੀ ਬਿਜਾਈ ਕੀ, ਬੈਡ ਪੇ ਬਹੁਤ ਬੜੀਆ ਹੋਈ, ਪੂਰੇ ਹਮ ਸੈਟਿਸਫੈਕਟਰੀ ਉਸੇ। ਫਸਲੀ ਵਿਭਿੰਨਤਾ ਅਤੇ ਕਿਸਾਨੀ ਪਰਿਵਾਰਾਂ ਦੀ ਦਾਲਾਂ ਅਤੇ ਤੇਲ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਗੋਭੀ, ਸਰੋਂ, ਛੋਲੇ ਅਤੇ ਮੂੰਗੀ ਦੀ ਫਸਲ ਦੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ। ਪਸ਼ੂ ਅਤੇ ਮੱਛੀ ਪਾਲਣ ਵਿਸ਼ੇ ਤਹਿਤ ਕੇਂਦਰ ਨੇ ਚਾਰੇ ਵਾਲੀਆਂ ਫਸਲਾਂ ਜਿਵੇਂ ਬਰਸੀਮ, ਮੱਕੀ, ਚਰੀ, ਰਾਇਕਾ ਦੀਆਂ ਪ੍ਰਦਰਸ਼ਨੀਆਂ ਸ਼ੁਰੂ ਕੀਤੀਆਂ ਅਤੇ ਪਸ਼ੂਆਂ ਲਈ ਅਚਾਰ ਬਣਾਉਣ ਵਾਸਤੇ ਉਤਸ਼ਾਹਿਤ ਕੀਤਾ। ਇਸ ਪ੍ਰੋਜੈਕਟ ਅਧੀਨ ਕੇਵੀਕੇ ਬਠਿੰਡਾ ਨੇ ਖਣਿਜਾਂ ਅਤੇ ਪੌਸ਼ਟਿਕ ਤੱਤਾਂ ਦੀ ਪੂਰਤੀ ਲਈ ਧਾਤਾਂ ਦਾ ਚੂਰਾ ਅਤੇ ਯੂਰੋਮੋਲਿਕਸ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ, ਜਿਸ ਨੇ ਡੇਅਰੀ ਪਸ਼ੂਆਂ ਦੀ ਤੱਤਾਂ ਦੀ ਘਾਟ ਨੂੰ ਸੁਧਾਰਿਆ। ਜੋ ਇਹ ਪ੍ਰੋਜੈਕਟ ਹੈ ਨਿਕਰਾ ਪ੍ਰੋਜੈਕਟ ਹੈ, ਉਹਦੇ ਥਰੂ ਹੈ ਸਾਡਾ ਪਿੰਡ ਕਲੀਨਿਹਾਲ ਸਿੰਘ ਵਾਲੀ,
मैं छोटा किसान होने के नाते भी मैं आपकी खेती के नाल डेयरी का किता शुरू कराया वै आप गाइया पालन का दुध का किता शुरू कराया बहुत वधिया है। मैं मिनर मैक्चर भी पाँना कृषि विज्ञान केंद्र वाले तो लिया के खेतीबाड़ी वाले तो लिया के बहुत वधिया इहदा रिजल्ट है। पशु सारे गब्बण है बहुत वधिया रिजल्ट है जी। बाकी मैं इन्ना फायदा इहदा भी मैं आपकी आमदन 20,000 रुपया हुण सेल महीने की है मैनू 70-80,000 रुपये का मैं दुध पा दिना गा मैं बहुत फायदा होया कृषि विज्ञान केंद्र के नाल जुड़न दे नाल थोड़ी जी खेती है वह भी मैं इन्हों तो पुछदा गा कृषि विज्ञान केंद्र वालों तो मैं बहुत ज़्यादा सहूलत मिल रही जी। मैं इन्हों का बहुत बहुत धन्यवाद करता। परिवार की पौष्टिकता संबंधी जरूरतों नूं पूरा करन लई केवीके बठिंडा ने पिंड विच मुर्गियां दीआं वख-वख नस्लां नूं वंडिया जो कि पिंड दे जलवायु लई अनुकूल सन। इसलिए घर दे पिछवाड़े विच मुर्गी पालन दे धंधे नूं चंगा हुलारा मिलिया अते पिंड विच हुण लगभग 30 परिवार इस किते नाल जुड़े हुए हन। इस तों इलावा केवीके द्वारा नाइकरा प्रोजैक्ट अधीन एक कस्टम हायरिंग सेंटर स्थापित किया गया जिस द्वारा किसानों नूं खेती मशीनरी मुहैया करवाई जाती है। इस सेंटर विच 12 तरह दीआं मशीनां हन। नाइकरा प्रोजैक्ट अधीन फसली रहिंद-खूंद प्रबंधन जलवायु अनुकूल तकनीकां दे प्रभाव किसान मेलियां दे दौरे अते पसार गतिविधियां दा समें समें ते आयोजन किया जाता है तां जो किसानां नूं जागरूक किया जा सके। केवीके बठिंडा नूं नाइकरा प्रोजैक्ट अधीन किए हुए कम्मां दे संबंध में साल 2019 विच बेस्ट नाइकरा केवीके अवार्ड भी मिल चुका है। नाइकरा प्रोजैक्ट अधीन चुने हुए पिंडां दे किसान हमेशा धन्नवाद करते हैं कि उन्हां नूं इस प्रोजैक्ट दे आउण नाल जलवायु अनुकूल वख-वख तकनीकां बारे जानकारी हासिल हुई जिस नूं अपना के उन्हां खेती दे खर्चे नूं घटाया ਅਤੇ ਸਫਲਤਾ ਪ੍ਰਾਪਤ ਕੀ। ਆਪਾਂ ਧੰਨਵਾਦੀ ਹਾਂ ਕੇਵੀਕੇ ਬਠਿੰਡਾ ਦੇ ਜਿਹਨਾਂ ਨੇ ਆਪਾਂ ਨੂੰ ਸਮੇਂ ਸਮੇਂ 'ਤੇ ਬਹੁਤ ਸਹਿਯੋਗ ਦਿੱਤਾ ਅਤੇ ਆਪਾਂ 2011 ਤੋਂ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਾਂ ਇਹਨਾਂ ਨਾਲ ਜੁੜੇ ਹੋਏ ਹਾਂ ਅਤੇ ਪਹਿਲਾਂ ਵੀ ਪਰਾਲੀ ਤਵੰਗਾਂ ਵਾਹੁੰਦੇ ਸੀਗੇ ਉਸ ਤੋਂ ਬਾਅਦ ਨਿਕਰਾ ਪ੍ਰੋਜੈਕਟ ਦੇ ਅਧੀਨ ਆ ਕੇ ਅਸੀਂ 2016 ਤੋਂ ਝੋਨੇ ਦੀ ਸਿੱਧੀ ਬਿਜਾਈ ਦੇ ਨਾਲ ਨਾਲ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਸ਼ੁਰੂ ਕਰ ਦਿੱਤੀ ਜਿਹਦੇ ਨਾਲ ਸਾਡਾ ਨਦੀਨਾਂ ਦੀ ਰੋਕਥਾਮ ਹੋ ਗਈ ਨਦੀਨਾਸ਼ਕ ਸਪਰੇਆਂ ਬਚ ਗਈਆਂ ਅਤੇ ਦੂਸਰਾ ਪਾਣੀ ਦੀ ਬੱਚਤ ਹੋ ਗਈ ਕਣਕਾਂ ਵੇਲੇ ਅਤੇ ਬਾਕੀ ਦਾ ਜੋ ਸਾਡੇ ਜਲਵਾਯੂ ਅਨੁਸਾਰ ਇਹ ਵਧੀਆ ਸਾਬਤ ਹੋਈ ਹੈ।